ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਇਹ ਨੇ ਜੀ ਸਾਈਪ੍ਰੈਸ ਦੇ ਡੌਗੀ। ਓਏ ਉਰਿਆ, ਆਹ ਦੇਖੋ ਬਿੱਲੀ ਕਿੱਥੇ ਬੈਠੀ ਆ। ਹੈਲੋ ਮਾਣੋ, ਕਿਵੇਂ ਆ? ਬਹਿ ਬਹਿ ਆ, ਇਹ ਛੋਟੀ ਮਾਣੋ, ਆ ਜਾਓ ਆ ਜਾਓ ਆ ਜਾਓ। ਓਏ ਹੋਏ ਹੋਏ ਹੋਏ, ਲਓ ਜੀ ਆਪਾਂ ਚੱਕ ਲਈਏ ਸਮਾਨ ਆਪਣਾ, ਕੰਮ 'ਤੇ ਗਏ ਆਪਾਂ ਪਹੁੰਚ। ਅੱਜ ਆਪਾਂ ਕੰਮ 'ਤੇ ਪਹੁੰਚੇ ਜੀ ਅੱਜ ਚਰਚ ਦੇ ਵਿੱਚ। ਅਤੇ ਆਹ ਦੇਖੋ ਜੀ ਇੱਧਰ ਆ ਜੀ ਖੇਤੀਬਾੜੀ, ਠੀਕ ਆ, ਅਤੇ ਬਹੁਤ ਸੋਹਣੀ ਚਰਚ ਬਣੀ ਹੈ। ਚਰਚ ਦੇ ਵਿੱਚ ਕੰਮ ਕਾਰ ਚੱਲ ਰਿਹਾ ਅਤੇ ਡੌਗੀ ਵੀ ਇੱਥੇ ਵੀ ਫਿਰਦੇ ਨੇ ਗੇੜੇ ਦਿੰਦੇ। ਓਏ ਉਰਿਓ ਸਾਲ, ਉਰਿਓ ਉਰਿਓ, ਹੈਲੋ ਹੈਲੋ, ਹਾਏ ਹਾਏ। ਆਹ ਦੇਖੋ ਉਹ ਮਾਣੋ ਆ ਗਈ, ਇੱਕ ਹੋਰ ਮਾਣੋ ਤੁਹਾਨੂੰ ਅੱਜ ਦਿਖਾਉਣੇ ਆਪਾਂ। ਮਾਣੋ ਆ, ਆਹ ਦੇਖੋ ਗੱਡੀ 'ਤੇ ਬੈਠੀ ਆ। ਹੈਲੋ ਮਾਣੋ, ਕੈਸੇ ਹੋ ਬਾਈ, ਠੀਕ ਹੋ? ਠੰਡ ਲੱਗ ਰਹੀ ਹੈ? ਹੈ ਹੈ ਮਾਣੋ, ਮਾਣੋ ਠੰਡ ਲੱਗਤੀ ਹੈ? ਬਤਾਓ ਬੇਟਾ, ਠੰਡ ਲੱਗਤੀ ਹੈ? ਹੈ ਮਾਣੋ ਉਰਿਓ। ਆਹ ਦੇਖ ਆਹ ਕੀ, ਇੱਕ ਹੋਰ ਮਾਣੋ ਮਾਣੋ। ਹਾਂ ਹਾਂ ਪੁੱਤੂ, ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਬਈ ਬੁੱਕੀ ਨੂੰ? ਹਾਂ ਕੀ ਹੋ ਗਿਆ, ਕੀ ਖਾਊਗੀ ਕੀ ਖਾਊ ਸਾਡੀ ਚਿੜੀ? ਹੈਂ, ਹਾਂ ਮੈਂ ਤਾਂ ਕੁਛ ਨਹੀਂ ਲਿਆਇਆ ਪੁੱਤ ਖਾਣ ਨੂੰ ਤੁਹਾਡੇ ਵਾਸਤੇ, ਕੁਛ ਵੀ ਨਹੀਂ ਲਿਆਇਆ। ਹੈਂ ਕੀ ਖਾਓਗੇ ਦੱਸੋ? ਇਹ ਨਹੀਂ ਸਾਈਪ੍ਰੈਸ ਦੀਆਂ ਬਿੱਲੀਆਂ, ਹੈਂ ਸਾਡੇ ਵਾਲੀਆਂ ਤਾਂ ਭੱਜ ਜਾਂਦੀਆਂ ਨੇ ਡਰ ਕੇ, ਅਤੇ ਇਹ ਨਹੀਂ ਭੱਜਦੀਆਂ ਹੈਗੀਆਂ। ਚਲੋ ਠੀਕ ਹੋ, ਕਿਤੇ ਮੈਂ ਕੰਮ ਕਾਰ ਵੀ ਕਰਨਾ ਜ਼ਰੂਰੀ ਆ, ਠੀਕ ਆ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਯਾਰ ਭਰਾ ਬਣ ਕੇ, ਜਿੰਨੇ ਵੀ ਮੇਰੇ ਵੀਰ ਭਾਈ ਨੇ, ਠੀਕ ਆ। ਚਲੋ ਠੀਕ ਆ ਜੀ, ਆ ਜਾਓ ਹੈਂ, ਆ ਜਾਓ ਆ ਜਾਓ ਆ ਜਾਓ ਆ ਜਾਓ, ਰੋਟੀ ਖਾਈਏ, ਆ ਜਾਓ ਆ ਜਾਓ ਆ ਜਾਓ। ਕੌਣ ਕੌਣ ਖਾਊਗਾ ਰੋਟੀਆਂ? ਕਿੰਨੀਆਂ ਮਾਣੂ ਆ ਰੋਟੀ ਖਾਣਗੀਆਂ? ਕਿੰਨੀਆਂ ਲਓ ਖਾਓ, ਕਿੰਨੀਆਂ ਮਾਣੂ ਆ ਗਈਆਂ? ਹੈਂ ਤੁਸੀਂ ਸਾਡੀਆਂ ਰੋਟੀਆਂ ਝੂਠੀਆਂ ਕਰਤੀਆਂ, ਹੈਂ ਕਮਰੇ 'ਚ ਵੜ ਕੇ, ਹੁਣ ਅਸੀਂ ਕੀ ਖਾਵਾਂਗੇ ਦੱਸੋ? ਲਓ ਲਓ, ਏ ਤੂੰ ਸ਼ਰਾਰਤੀ ਆ, ਬੜੇ ਸ਼ਰਾਰਤੀ ਨੇ ਸਾਰੇ। ਲਓ ਲਓ, ਗੁੱਸਾ ਲੜਨਾ ਨਹੀਂ ਲੜਨਾ ਨਹੀਂ, ਆ ਲਓ ਆ ਲਓ ਲਓ ਲਓ। ਇਹਨਾਂ ਨੇ ਸਾਰਿਆਂ ਨੇ ਮੇਰੀਆਂ ਰੋਟੀਆਂ ਝੂਠੀਆਂ ਕਰਤੀਆਂ, ਅਤੇ ਅੱਜ ਅਸੀਂ ਭੁੱਖੇ ਭਾਣੇ ਰਹਿਣਾ, ਅਤੇ ਬੜੇ ਤੇ ਇਹ ਬੜੇ ਤੇ ਬੜੇ ਤੇ ਕੁੱਟਾਂ, ਕਾਲੇ ਨੂੰ ਕੁੱਟਾਂ ਮੈਂ, ਕਾਲਾ ਬੜਾ ਖਰਾਬ ਆ। ਲੈ ਓਏ ਕਾਲੂ, ਇੱਧਰ ਆ, ਸਾਰਾ ਸ਼੍ਰੀਲੰਕਾ ਵਾਲਾ ਬੰਨ ਕਿੱਧਰ ਫਿਰਦਾ ਇਹ? ਉਰਾ ਉਰਾ, ਇੰਡੀਅਨ ਇੰਡੀਅਨ, ਹਾਂ ਆ ਰਹੇ ਦੇ ਆ ਦੇ, ਬੜਾ ਖਰਾਬ ਆ ਆਹ, ਬੜਾ ਖਰਾਬ ਆ, ਬੜਾ ਤੇਜ਼ ਹੈ। ਲਓ 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 ਲਓ, ਬਾਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਠੀਕ ਆ। ਇਹ ਬੜੀਆਂ ਸਿਆਣੀਆਂ ਨੇ ਇਹ, ਦੇਖ ਕੰਸਟਰਕਸ਼ਨ ਦੇ ਕੰਮ 'ਤੇ ਆਏ ਸੀ ਅੱਜ ਅਸੀਂ ਚਰਚ ਦੇ ਵਿੱਚ। ਲਓ ਖਾਓ ਰੋਟੀਆਂ, ਜੇ ਲੜੇ ਫਿਰ ਦੇਖ ਲਿਓ, ਨਾ ਲੜਨਾ ਨਹੀਂ ਹੈਗਾ। ਆਹ ਆਹ ਰੋਟ ਆਹ ਆਹ ਖਾ ਗਈ ਰੋਟੀਆਂ ਸਾਡੀਆਂ ਸਾਰੀਆਂ ਅੱਜ, ਆਹ ਬੜੀ ਖਰਾਬ ਆ ਇਹ, ਹੈਂ ਇਹਨੇ ਇਹਨੂੰ ਕੁੱਟਣਾ ਪੈਣਾ ਅੱਜ। ਅਸੀਂ ਦੱਸ ਕੀ ਖਾਵਾਂਗੇ? ਲੜਨਾ ਨਹੀਂ ਪੁੱਤ, ਲੜਨਾ ਨਹੀਂ ਹੈਗਾ, ਲੜਨਾ ਨਹੀਂ ਮਾਣੋ, ਲੜਦੇ ਨਹੀਂ ਹੁੰਦੇ। ਆਹ ਬੜਾ ਸਿਆਣਾ, ਆਹ ਕਿੰਨੇ ਸੋਹਣਾ ਦੇਖ, ਕਿਵੇਂ ਝਾਕਦਾ ਬਿਟਰ ਬਿਟਰ, ਹੈਂ ਉਹ ਦੋਨੋਂ, ਉਹ ਪਰਲਾ ਬੜਾ ਸ਼ਰਾਰਤੀ ਆ, ਉਹ ਸਭ ਤੋਂ ਜ਼ਿਆਦਾ ਸ਼ਰਾਰਤੀ ਆ, ਹੈ ਨਾ। ਆਹ ਤਾਂ ਅਜੇ ਸਿਆਣੇ ਆ ਥੋੜ੍ਹੇ ਜਿਹੇ, ਅਰੇ ਬਾਕੀ ਇਹ ਮੋਹ ਪਿਆਰ ਬੜਾ ਕਰਦੇ ਆ, ਇੱਦਾਂ ਦੀ ਗੱਲ ਨਹੀਂ। ਆਹ ਸੋਹਣਾ ਬਹੁਤ ਆਹ, ਬੜਾ ਸੋਹਣਾ, ਸੋਹਣੀ ਆ। ਹਾਂ ਹਾਂ, ਕੀ ਲੈਣਾ ਦੱਸ, ਕੀ ਖਾਏਂਗੀ ਤੂੰ? ਰੋਟੀਆਂ ਪਾ ਤੀਆਂ, ਰੋਟੀਆਂ ਖਾ ਲਈਆਂ ਨੇ, ਹੁਣ ਤੁਸੀਂ ਨੇ ਹੁਣ ਖੇਡੀਆਂ ਕਰੋ। ਉਰਿਓ ਮਾਣੋ, ਓਏ ਉਰਿਓ, ਉਹ ਦੇਖ ਕਿੰਨੀਆਂ, ਦੇਖੋ ਬੜਾ ਪਿਆਰ ਕਰਦੀਆਂ ਨੇ ਇਹ, ਅਤੇ ਇੱਧਰਲੇ ਲੋਕ ਇਹਨਾਂ ਦੀ ਬਹੁਤ ਜ਼ਿਆਦਾ ਕੇਅਰ ਵੀ ਕਰਦੇ ਆ, ਅਤੇ ਹਰੇਕ ਬੰਦਾ ਇਹਨੂੰ ਵਧੀਆ ਰੋਟੀ ਖਾਣੀ ਇਹਨਾਂ ਨੂੰ ਖਵਾਉਂਦੇ ਆ, ਅਤੇ ਮਤਲਬ ਇਹਨਾਂ ਨੂੰ ਯਾਰ ਪੂਰੀ ਇਹਨਾਂ ਦੀ ਪੂਰੀ ਕੇਅਰ ਕਰੀ ਜਾਂਦੀ ਆ, ਹੈ ਨਾ। ਅਤੇ ਸਾਈਪ੍ਰੈਸ ਦੇ ਵਿੱਚ ਸਭ ਤੋਂ ਜ਼ਿਆਦਾ ਬਿੱਲੀਆਂ ਹੀ ਨੇ ਇੱਥੇ, ਅਤੇ ਇਹ ਕਿਉਂ ਨੇ ਤਾਂ ਇਹ ਮੈਨੂੰ ਨਹੀਂ ਨਾ ਪਤਾ ਵੀ ਇੱਥੇ ਵੀ ਬਿੱਲੀ ਜ਼ਿਆਦਾ ਕਿਉਂ ਆ। ਬਸ ਸੁਣਨ ਦੇ ਵਿੱਚ ਆਇਆ ਕਿ ਸਾਈਪ੍ਰੈਸ ਦੇ ਵਿੱਚ ਜਿਹੜੇ ਸੱਪ ਬਹੁਤ ਜ਼ਿਆਦਾ ਸੀ ਜੰਗਲ ਦੇ ਵਿੱਚ, ਅਤੇ ਫਿਰ ਜਿਹੜੀਆਂ ਇਹ ਬਿੱਲੀਆਂ ਸੀ ਇਹ ਲਿਆਂਦੀਆਂ ਗਈਆਂ ਸੀ ਉਸ ਟਾਈਮ ਦੇ ਵਿੱਚ, ਤਾਂ ਇਹ ਬਿੱਲੀਆਂ ਲਿਆਂਦੀਆਂ ਸੀ ਜਦੋਂ ਤੋਂ ਇਹਨਾਂ ਨੇ ਸੱਪਾਂ ਨੂੰ ਇਹਨਾਂ ਨੇ ਮਾਰਤਾ ਸੀ ਆ, ਅਤੇ ਇਹੋ ਜਿਹੀ ਕੁਛ ਕਹਾਣੀ ਆ। ਅਤੇ ਵੈਸੇ ਮੈਨੂੰ ਪੱਕਾ ਨਹੀਂ ਕਨਫਰਮ ਨਹੀਂ ਹੈਗਾ, ਅਤੇ ਬਾਕੀ ਠੀਕ ਆ। ਚਲੋ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ, ਹੈ ਨਾ, ਅਤੇ ਨਾਲ ਨਾਲ ਪੁੰਨ ਵੀ ਜ਼ਰੂਰੀ ਆ। ਅਤੇ ਵੈਸੇ ਕਦੇ ਕਦੇ ਰੋਟੀ ਹੁੰਦੀ ਹੈ ਜਦੋਂ ਮੇਰੀ ਕਿੱਟ ਦੇ ਵਿੱਚ ਮੈਂ ਇਹਨਾਂ ਨੂੰ ਪਾ ਦੇਣਾ ਹੁੰਦਾ, ਅਤੇ ਬਾਕੀ ਲੜਦੀਆਂ ਬਹੁਤ ਜ਼ਿਆਦਾ ਨੇ ਇਹ, ਕਿਉਂਕਿ ਉੱਧਰਲੀ ਜਿਹੜੀ ਬਾਰੀ ਸੀ ਸਾਡੀ ਉਹ ਖੁੱਲ੍ਹੀ ਸੀ, ਅਤੇ ਬਾਰੀ ਖੁੱਲ੍ਹੀ ਹੋਣ ਦੇ ਕਾਰਨ ਸਾਡੀਆਂ ਰੋਟੀਆਂ ਪਈਆਂ ਸੀਗੀਆਂ,
ਤੇ ਜਿਹੜਾ ਆ ਫਿਰਦਾ ਆ ਪਿੰਕ ਆ ਡੱਬ ਖੜਬਾ ਜਿਹਾ ਇਹ ਗਿਆ ਉੱਥੇ ਉਰਿਆ ਮਣ ਉਰਿਆ ਉਰਿਆ ਪੁੱਤ ਕੌਣ ਖਾ ਕੇ ਆਈ ਰੋਟੀਆਂ ਦੱਸੋ ਕਿਹੜਾ ਬੰਦਾ ਖਾ ਕੇ ਆਈ ਮੈਨੂੰ ਦੱਸ ਦੱਸ ਕਿਹੜਾ ਖਾ ਕੇ ਆਈ ਸਾਡੇ ਰੋਟੀਆਂ ਸਾਨੂੰ ਅਸੀਂ ਕੀ ਖਾਵਾਂਗੇ ਅਸੀਂ ਕੀ ਖਾਵਾਂਗੇ ਦੱਸ ਦੱਸ ਅਸੀਂ ਕੀ ਖਾਵਾਂਗੇ ਹੁਣ ਤੁਹਾਡਾ ਕਟਾਪਾ ਓਏ ਤੂੰ ਸਾਲਿਆ ਵੈਸਟ ਇੰਡੀਜ਼ ਕਾਲੂ ਤੂੰ ਤੂੰ ਭੈਣ ਚੋ ਤੂੰ ਬੜਾ ਖਰਾਬ ਆ ਤਾਂ ਤੈਨੂੰ ਕੁਛ ਕਹਿੰਦਾ ਮੈਂ ਇਹਦੇ ਨਾਲ ਗੱਲ ਕਰਦਾ ਐਜ ਆਹ ਬੰਦੇ ਨਾਲ ਆਹ ਬੰਦੇ ਨਾਲ ਗੱਲ ਕਰਦਾ ਮੈਂ ਜਿਹੜੇ ਬੰਦੇ ਨੇ ਸਾਡੀ ਸਾਰੀਆਂ ਰੋਟੀਆਂ ਖਾਧੀਆਂ ਨੇਗੀਆਂ ਚਲੋ ਕੋਈ ਗੱਲ ਨਹੀਂ ਬਈ ਹੈ ਨਾ ਪੁੰਨ ਹੁੰਦਾ ਰੋਟੀ ਦਾ ਤਾਂ ਵੈਸੇ ਅਤੇ ਮੈਂ ਤਾਂ ਹੱਸੀਆਂ ਖੇਡੀਆਂ ਕਰਦਾ ਇਹਨਾਂ ਦੇ ਨਾਲ ਅਤੇ ਬਾਕੀ ਯਾਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਹੈ ਨਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਅਤੇ ਲਾਈਕ ਵੀ ਕਰਿਆ ਕਰੋ ਯਾਰ ਹੈ ਨਾ ਅਤੇ ਕਮੈਂਟ ਕਰ ਦਿਆ ਕਰੋ ਮੇਰੇ ਭਰਾ ਠੀਕ ਹੈ ਜੀ ਚਲੋ ਠੀਕ ਹੈ ਜੀ ਵੀਡੀਓ ਨੂੰ ਇੱਥੇ ਮੈਂ ਸਮਾਪਤ ਕਰਦਾ ਜੀ ਛੋਟੀ ਜਿਹੀ ਵੀਡੀਓ ਬਣਾ ਰਿਹਾ ਸੀ ਇਹਨਾਂ ਨਾਲ ਮਸਤੀ ਕਰ ਰਿਹਾ ਸੀ ਅੱਜ ਅਤੇ ਕੰਸਟਰਕਸ਼ਨ ਦੇ ਕੰਮ 'ਤੇ ਆਇਆ ਹੋਇਆ ਸੀ ਇੱਥੇ ਮੈਂ ਚਰਚ ਦੇ ਵਿੱਚ ਚਲੋ ਠੀਕ ਹੈ ਜੀ